ਨਵਦੀਪ ਵਾਟਰ ਕੈਨ ਨਾਲ ਦੀ ਸਪੋਰਟ ਕਰੋ ਬਾਈ, ਉਸ ਨਾਲ ਬਹੁਤ ਧੱਕਾ ਹੋ ਰਿਹਾ। ਦੇਖੋ ਗੱਲ ਇਹ ਆ ਕਿ ਅਸੀਂ ਸਪੋਰਟ 'ਤੇ ਕਿਸੇ ਦੀ ਕੀ ਕਰ ਸਕਦੇ ਹਾਂ, ਪਰ ਜੇ ਉਸ ਮੁੰਡੇ ਦੇ ਨਾਲ ਜੀ ਕੋਈ ਵਧੀਕੀ ਹੋਈ ਆ, ਕੋਈ ਜ਼ਿਆਦਤੀ ਹੋਈ ਆ, ਉਹਨੂੰ ਫੜਿਆ ਗਿਆ ਸੀਗਾ। ਜ਼ਿਆਦਤੀ ਤੌਰ 'ਤੇ ਵੀ ਮੈਂ ਜਾਣਦਾ ਨਵਦੀਪ ਨੂੰ ਜੀ। ਗੱਲ ਇਹ ਆ ਕਿ ਮੋਹਾਲੀ ਦੇ ਨੇੜੇ ਉਹ ਫੜਿਆ ਗਿਆ। ਪਹਿਲੀ ਗੱਲ ਤਾਂ ਇਹ ਆ ਕਿ ਇੱਥੋਂ ਬੰਦਾ ਚੁੱਕ ਕੇ ਲੈ ਗਿਆ ਜੀ। ਹੁਣ ਉਹ ਪ੍ਰੋਸੀਜਰ ਜਿਹੜਾ ਪੂਰਿਆ ਕੀਤਾ ਕਿ ਨਹੀਂ ਕੀਤਾ, ਜਿਹੜਾ ਆਮ ਪੁਲਿਸ ਵਾਲੇ ਕਰਦੇ ਆ ਜੀ ਜੀ, ਇਹ ਤਾਂ ਬੱਗੇ ਨੂੰ ਫੜਨ ਗਏ ਸੀਗੇ ਅਤੇ ਮੁੜ ਕੇ ਪੁਲਿਸ ਵਾਲੇ ਛਡਾਉਣੇ ਪਏ ਦਿੱਲੀ। ਅੱਛਾ, ਦੂਜੀ ਚੀਜ਼ ਇਹ ਆ ਕਿ ਦੋਸ਼ ਇਹ ਲੱਗ ਰਹੇ ਆ ਕਿ ਟੈਰਰ ਫੰਡਿੰਗ ਜਾਂ ਇਹੋ ਜਿਹੀਆਂ ਚੀਜ਼ਾਂ ਨਾਲ ਜੋੜੀਆਂ ਗਈਆਂ, ਉਹਦੇ ਚੱਡੇ ਪਾੜੇ ਗਏ ਆ, ਕਥੇ ਤੌਰ 'ਤੇ ਇਹ ਦੋਸ਼ ਲੱਗ ਰਹੇ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਜੀ ਜੀ, ਕਿਉਂਕਿ ਇਹ ਆਪਾਂ ਨੂੰ ਵੀ ਪਤਾ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਆ ਉਹਨਾਂ ਦੀ ਗੱਲਬਾਤ ਬੇਸ਼ੱਕ ਕਹਿ ਲਓ ਕਿ ਸਾਰੇ ਕਿਸਮ ਦੇ ਜਿਹੜੇ ਬੰਦੇ ਹੁੰਦੇ ਆ, ਸੱਜੇ ਪੱਖੀ ਆ, ਖੱਬੇ ਪੱਖੀ ਆ, ਲਿਬਰਲ, ਸਾਰਿਆਂ ਨਾਲ ਹੁੰਦੀ ਰਹਿੰਦੀ, ਜਿਹੜੇ ਇਸ ਤਰ੍ਹਾਂ ਦੇ ਚਿਹਰੇ ਬਣ ਜਾਂਦੇ ਆ ਜੀ ਜੀ ਜੀ। ਅਤੇ ਜੇ ਆਪਾਂ ਵੇਖੀਏ ਕੋਈ ਨਵਦੀਪ ਦਾ ਕੋਈ ਐਸਾ ਪਿਛੋਕੜ ਹੈ ਨਹੀਂ ਗਾ ਕਿ ਜਿਹਦੇ ਆਧਾਰ 'ਤੇ ਆਪਾਂ ਕਹਿ ਲਈਏ ਕਿ ਜੀ ਉਹ ਦੇਸ਼ ਵਿਰੋਧੀ ਹੋ ਗਿਆ। ਉਹਦਾ ਬਾਪ ਵੀ ਸੰਘਰਸ਼ਾਂ 'ਚ ਰਿਹਾ, ਹਾਲਾਂਕਿ ਉਹ ਮਤਲਬ ਕਿ ਅੰਮ੍ਰਿਤਪਾਨ ਕਰਕੇ ਆਏ ਆ ਉਹਦੇ ਮਾਪੇ ਪਿਛਲੇ ਦਿਨਾਂ ਦੇ ਵਿੱਚ। ਉਹ ਜੋ ਘਟਨਾਕ੍ਰਮ ਹੈ ਸੋ ਠੀਕ ਹੈ, ਜਿਹੜਾ ਕੋਈ ਮੰਨ ਲਓ ਕਿਸੇ ਨੇ ਹਾਈਵੇ ਜਾਮ ਕੀਤਾ, ਤੁਸੀਂ ਉਹਦਾ ਪਰਚਾ ਬਣਾ ਦਿਓ ਜੀ। ਕਿਸੇ ਨੇ ਕੋਈ ਸਰਕਾਰੀ ਸੰਪੱਤੀ ਦਾ, ਪ੍ਰੋਪਰਟੀ ਦਾ ਨੁਕਸਾਨ ਕੀਤਾ, ਉਹ ਪਰਚਾ ਪਾ ਦਿਓ, ਕਾਨੂੰਨੀ ਤੌਰ 'ਤੇ ਕਾਰਵਾਈ। ਇੱਕ ਤਾਂ ਇਹ ਕਿ ਹਾਂਜੀ ਬਿਲਕੁਲ ਗਲਤ ਪਰਚਾ ਨਹੀਂ ਪੈਣਾ ਚਾਹੀਦਾ, ਇੱਕ ਕੁੱਟਣ ਮਾਰਨ ਦਾ ਕੀ ਕੰਮ ਹੈ ਜੀ। ਤੁਸੀਂ ਸਾਇੰਟੀਫਿਕ ਤਰੀਕੇ ਦੇ ਨਾਲ ਜਾਂਚ ਪੜਤਾਲ ਕਰੋ, ਕੋਈ ਗਲਤ ਕਿਸੇ ਹਰਕਤ ਦੇ ਵਿੱਚ ਪਾਇਆ ਜਾਂਦਾ ਤਾਂ ਠੀਕ ਹੈ ਜੀ, ਪਰ ਮਸਲਾ ਤਾਂ ਇਹ ਆ ਕਿ ਬਹੁਤ ਬੁਰੀ ਤਰ੍ਹਾਂ ਨਵਦੀਪ ਨੂੰ ਉਲਝਾ ਦਿੱਤਾ ਗਿਆ। ਅਤੇ ਅਸੀਂ ਕਿਸੇ 'ਤੇ ਵੀ ਕੋਈ ਜੁਰਮ ਹੁੰਦਾ, ਜ਼ੁਲਮ ਹੁੰਦਾ, ਕਿਸੇ 'ਤੇ ਵੀ ਕੋਈ ਵਧੀਕੀ ਹੁੰਦੀ ਆ ਜੋ ਉਹਦੇ ਮਨੁੱਖੀ ਅਧਿਕਾਰ ਨੇ, ਜੇ ਉਹਦਾ ਕੋਈ ਹਨਣ ਹੁੰਦਾ, ਉਲੰਘਣ ਹੁੰਦਾ, ਬਾਈ ਅਸੀਂ ਤਾਂ ਉਹਦੇ ਉਲਟੀ ਹਾਂ, ਚਾਹੇ ਉਹ ਕਿਸੇ ਵੀ ਮਜ਼ਹਬ ਦਾ, ਚਾਹੇ ਉਹ ਸਾਡਾ ਵਿਚਾਰਕ ਵਿਰੋਧੀ ਕਿਉਂ ਨਹੀਂ ਹੈ ਜੀ।